ਵੀ ਵਨ ਵੈਲਕਮ ਟੂ ਸਟੋਰੀ ਸ਼ੋਕਰਸ ਯੋਰ ਸਟੋਰੀ ਬਿਕਮਸ ਈਜ਼ੀਅਰ ਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਜੀ ਆਪਾਂ ਇੱਕ ਲੈਟਰ ਜਿਹੜਾ ਓਪਨ ਕੀਤਾ ਇਸ ਦੇ ਵਿੱਚ ਵਿਸ਼ਾ ਕੀ ਹੈ ਜੀ ਕੋਵਿਡ-19 ਮਹਾਮਾਰੀ ਦੌਰਾਨ ਕੁਆਰੰਟਾਈਨ ਲੀਵ ਦੇਣ ਸੰਬੰਧੀ ਕਿਉਂਕਿ ਹੁਣ ਕੋਵਿਡ-19 ਚੱਲ ਰਿਹਾ ਹੈ ਤਾਂ ਕੁਆਰੰਟਾਈਨ ਲੀਵ ਜਿਹੜੀ ਹੈ ਇਹ ਵੀ ਜਿਹੜੀ ਮਿਲ ਸਕਦੀ ਹੈ ਜੀ ਮਿਲਣਾ ਸ਼ੁਰੂ ਹੋਏਗੀ ਕਿਨਾਂ ਨੂੰ ਮਿਲੇਗੀ ਜੀ ਉਹਨਾਂ ਨੂੰ ਮਿਲੇਗੀ ਜਿਨ੍ਹਾਂ ਦੇ ਜਿਹੜੀ ਕਰੋਨਾ ਰਿਪੋਰਟ ਹੈਗੀ ਉਹ ਪੋਜ਼ਿਟਿਵ ਆਉਂਦੀ ਹੈ ਤਾਂ ਉਸ ਦੇ ਰਿਗਾਰਡਿੰਗ ਕੁਝ ਇੱਥੇ ਜਿਹੜੀਆਂ ਉਹਨਾਂ ਨੇ ਕਲੈਰੀਫਿਕੇਸ਼ਨ ਦਿੱਤੀ ਹੈ ਵਿਭਾਗ ਵੱਲੋਂ ਤਾਂ ਦੇਖਦੇ ਹਾਂ ਜੀ ਕੀ ਕੀ ਕਲੈਰੀਫਿਕੇਸ਼ਨ ਹੈਗੀ ਹੈ ਕੁਆਰੰਟਾਈਨ ਲੀਵ ਦੇ ਸਬੰਧ ਵਿੱਚ ਵਿਭਾਗ ਪਾਸ ਕੁਝ ਨੁਕਤੇ ਜਾਂ ਮੁੱਦੇ ਸਾਹਮਣੇ ਆਏ ਹਨ ਜਿਸ ਦੇ ਸਬੰਧ ਵਿੱਚ ਹੇਠ ਲਿਖੇ ਅਨੁਸਾਰ ਸਥਿਤੀ ਸਪਸ਼ਟ ਕੀਤੀ ਜਾਂਦੀ ਹੈ ਤਾਂ ਇਹ ਜਿਹੜੇ ਮੁੱਦੇ ਹੈਗੇ ਜੀ ਉਹਨਾਂ ਲਈ ਜੋ ਨਿਊਲੀ ਅਪੋਇੰਟਡ ਟੀਚਰਸ ਹੈਗੇ ਹਨ ਉਹਨਾਂ ਨੂੰ ਕਿਉਂਕਿ ਕੋਵਿਡ ਦੀ ਸਿਚੁਏਸ਼ਨ ਸਾਰੇ ਕਿਤੇ ਬਹੁਤ ਜ਼ਿਆਦਾ ਫੈਲੀ ਹੋਈ ਹੈ ਤਾਂ ਉਹਨਾਂ ਲਈ ਇਹ ਜਿਹੜੀ ਵੀਡੀਓ ਹੈ ਹੈਲਪਫੁਲ ਰਹਿਣ ਵਾਲੀ ਹੈ ਮੁੱਦਾ ਕੀ ਹੈ ਜੀ ਪਹਿਲਾ ਨੰਬਰ 1 ਨੰਬਰ ਹੈਗਾ ਜੀ ਜੇ ਕਿਸੇ ਸਰਕਾਰੀ ਕਰਮਚਾਰੀ ਖੁਦ ਦੀ ਰਿਪੋਰਟ ਜਿਹੜੀ ਕਰੋਨਾ ਪੋਜ਼ੀਟਿਵ ਆਉਂਦੀ ਹੈ ਤਾਂ ਉਸ ਨੂੰ ਕਿਹੜੀ ਅਤੇ ਕਿੰਨੀ ਛੁੱਟੀ ਮਿਲਣ ਯੋਗ ਹੋਵੇਗੀ ਜੇਕਰ ਸਰਕਾਰੀ ਕਰਮਚਾਰੀ ਦੀ ਖੁਦ ਦੀ ਰਿਪੋਰਟ ਕਰੋਨਾ ਪੋਜ਼ੀਟਿਵ ਆਉਂਦੀ ਹੈ ਤਾਂ ਉਸ ਨੂੰ ਨਿਯਮਾਂ ਅਨੁਸਾਰ ਮੈਡੀਕਲ ਲੀਵ ਮਿਲਣ ਯੋਗ ਹੋਵੇਗੀ ਯਾਨੀ ਕਿ ਉਸ ਦੀ ਇਹ ਕੁਆਰੰਟਾਈਨ ਲੀਵ ਮੈਡੀਕਲ ਲੀਵ ਦੇ ਅੰਡਰ 카ਉਂਟ ਕੀਤੀ ਜਾਏਗੀ ਤੇ ਇਹ ਛੁੱਟੀ ਮੁਖ ਦਫ਼ਤਰ ਦੇ ਸਮਰਥ ਅਧਿਕਾਰੀ ਦੀ ਪ੍ਰਵਾਨਗੀ ਉਪਰੰਤ ਮਿਲਣ ਯੋਗ ਹੋਵੇਗੀ ਤਾਂ ਜੇਕਰ ਤੁਹਾਡੀ ਖੁਦ ਦੀ ਕੋਰੋਨਾ ਰਿਪੋਰਟ ਪੋਜ਼ਿਟਿਵ ਆਂਦੀ ਹੈ ਤਾਂ ਤੁਹਾਡੀ ਇਹ ਛੁੱਟੀ ਜਿਹੜੀ ਉਹ ਮੈਡੀਕਲ ਲੀਵ ਦੇ ਅੰਡਰ ਕਾਊਂਟ ਕੀਤੀ ਜਾਏਗੀ ਤੇ ਇਹ ਮੁਖ ਦਫ਼ਤਰ ਵੱਲੋਂ ਜਿਹੜਾ ਸਮਰਥ ਅਧਿਕਾਰੀ ਆ ਉਹਦੀ ਪ੍ਰਵਾਨਗੀ ਦੇ ਉਪਰੰਤ ਤੁਹਾਨੂੰ ਇਹ ਮਿਲੇਗੀ। ਉਸ ਤੋਂ ਬਾਅਦ ਜਿਹੜਾ ਉਹਨਾਂ ਨੇ ਸੈਕੰਡ ਪੁਆਇੰਟ ਇੱਥੇ ਦਿੱਤਾ ਹੈਗਾ ਜੀ ਉਹ ਹੈਗਾ ਕਿ ਜੇਕਰ ਕਿਸੇ ਕਰਮਚਾਰੀ ਦੇ ਘਰ ਵਿੱਚ ਕੋਈ ਫੈਮਿਲੀ ਮੈਂਬਰ ਕੋਵਿਡ ਪੋਜ਼ਿਟਿਵ ਆਂਦਾ ਹੈ ਤੇ ਉਸ ਦੀ ਜਿਹੜੀ ਰਿਹਾਈਸ਼ ਹੈ ਉਹ ਕੰਟੇਨਮੈਂਟ ਜ਼ੋਨ ਦੇ ਵਿੱਚ ਜਾਂ ਬਫਰ ਜ਼ੋਨ ਦੇ ਵਿੱਚ ਆਉਂਦੀ ਹੈ ਤਾਂ ਉਸ ਨੂੰ ਕੁਆਰੰਟਾਈਨ ਲੀਵ ਮਿਲਣ ਯੋਗ ਹੋਵੇਗੀ ਜਾਂ ਨਹੀਂ ਜੇਕਰ ਮਿਲਣ ਜੇਕਰ ਕਿਸੇ ਕਰਮਚਾਰੀ ਦੇ ਘਰ ਵਿੱਚ ਕੋਈ ਫੈਮਿਲੀ ਮੈਂਬਰ ਕਰੋਨਾ ਪੋਜ਼ਿਟਿਵ ਪਾਇਆ ਜਾਂਦਾ ਹੈ ਜਾਂ ਉਸ ਦੀ ਕੰਟੇਨਮੈਂਟ ਜ਼ੋਨ ਜਾਂ ਵਾਫਰ ਜ਼ੋਨ ਵਿੱਚ ਆਉਂਦੀ ਹੈ ਤਾਂ ਯਾਨੀ ਕਿ ਜੇ ਤੁਹਾਡੇ ਘਰ ਦੇ ਵਿੱਚ ਕੋਈ ਮੈਂਬਰ ਹੈ ਕੋਵਿਡ ਪੋਜ਼ਿਟਿਵ ਹੋ ਗਿਆ ਜਾਂ ਤੁਹਾਡੀ ਰਿਹਾਇਸ਼ ਜਿਹੜੀ ਉਹ ਕੰਟੇਨਮੈਂਟ ਜ਼ੋਨ ਦੇ ਵਿੱਚ ਹੈ ਜਿੱਥੋਂ ਤੁਸੀਂ ਨਹੀਂ ਆ ਸਕਦੇ ਕੰਮ ਤੇ ਤਾਂ ਉਸ ਨੂੰ ਪੰਜਾਬ ਸਿਵਲ ਰੂਲਸ ਵੋਲਿਊਮ 1 ਪਾਰਟ 2 ਅਪੈਂਡਿਕਸ 17 ਤਹਿਤ 21 ਦਿਨਾਂ ਦੀ ਕੁਆਰੰਟਾਈਨ ਲੀਵ ਜਿਹੜੀ ਮਿਲਣਯੋਗ ਹੋਏਗੀ ਤੇ ਐਕਸੈਪਸ਼ਨਲ ਸਰਕਮਸਟੈਂਸਿਸ ਦੇ ਵਿੱਚ ਇਹ 30 ਦਿਨਾਂ ਤੱਕ ਮਿਲਣਯੋਗ ਹੋਵੇਗੀ ਤੱਕ ਕੱਟੋਗਾ ਠੀਕ ਹੀ ਤੇ ਜਿਆਦਾ ਤੋਂ ਜ਼ਿਆਦਾ ਐਕਸੈਪਸ਼ਨ ਕੇਸਿਸ ਚ ਤੁਹਾਨੂੰ 30 ਮਿਲ ਸਕਦੀਆਂ ਨਹੀਂ ਲੇਕਿਨ ਇਸ ਤੋਂ ਵੱਧ ਅਗਰ ਤੁਹਾਡੀ ਛੁੱਟੀ ਹੋ ਜਾਂਦੀ ਹੈ ਤਾਂ ਉਸ ਨੂੰ ਆਰਡੀਨਰੀ ਲੀਵ ਜਿਹੜਾ ਟ੍ਰੀਟ ਕਰ ਲਿਆ ਜਾਵੇਗਾ ਤੇ ਇਹ ਛੁੱਟੀ ਮੁਖ ਦਫ਼ਤਰ ਦੇ ਸਮਰਥ ਅਧਿਕਾਰੀ ਦੀ ਪ੍ਰਵਾਨਗੀ ਉਪਰੰਤ ਹੀ ਮਿਲਣਯੋਗ ਹੋਵੇਗੀ ਤਾਂ ਮਤਲਬ ਅਗਰ ਤੁਹਾਡੀ ਖੁਦ ਦੀ ਰਿਪੋਰਟ ਜੀ ਕਰੋਨਾ ਪੋਜ਼ਿਟਿਵ ਆਂਦੀ ਹੈ ਤਾਂ ਤੁਹਾਨੂੰ ਇਹ ਮੈਡੀਕਲ ਲੀਵ ਮਿਲੇਗੀ ਅਗਰ ਤੁਹਾਡੇ ਘਰ ਦਾ ਕੋਈ ਫੈਮਿਲੀ ਮੈਂਬਰ ਹੈ ਉਹ ਕੋਵਿਡ ਪੋਜ਼ਿਟਿਵ ਆਂਦਾ ਹੈ ਜਾਂ ਤੁਹਾਡਾ ਜਿਹੜੀ ਰਿਹائشਾ ਉਹ ਕੰਟੇਨਮੈਂਟ ਜ਼ੋਨ ਦੇ ਵਿੱਚ ਹੈ ਜਾਂ ਬਫਰ ਜ਼ੋਨ ਦੇ ਵਿੱਚ ਹੈ ਤਾਂ ਤੁਹਾਨੂੰ ਜ ਤੋ ਥੋੜੀ ਆਰਡੀਨਰੀ ਲੀਵ ਟ੍ਰੀਟ ਕਰ ਲਈ ਜਾਊਗੀ ਤੇ ਇਹ ਜਿਹੜੇ ਇਹਦੇ ਵਿੱਚ ਇਹਨਾਂ ਨੇ ਮੁੱਦੇ ਦਿੱਤੇ ਹੈਗੇ ਹੁਣੇ-ਹੁਣੇ ਲੈਟਰ ਜਿਹੜਾ ਅਫੀਸ਼ੀਅਲ ਵੈਬਸਾਈਟ ਤੇ ਅਪਲੋਡ ਕੀਤਾ ਕਿ ਕੁਆਰੰਟਾਈਨ ਲੀਵ ਨੂੰ ਲੈ ਕੇ ਜਿਹੜੇ ਕਿਉਂਕਿ ਇਹ ਲੀਵ ਜਿਹੜੀ ਪਹਿਲਾਂ ਨਹੀਂ ਸੀ ਹੁੰਦੀਆਂ ਇਹ ਨਵੀਂ ਲੀਵ ਜਿਹੜੀ ਮਿਲੀ ਹੈ ਕੁਆਰੰਟਾਈਨ ਲੀਵ ਕਿਉਂਕਿ ਕੋਵਿਡ-19 ਦੇ ਕਰਕੇ ਲੀਵ ਜਿਹੜੀ ਹੈ ਉਹਨੋਂ ਉਹ ਟੀਚਰਸ ਨੂੰ ਜਿੰਨੇ ਵੀ ਜਿਹੜੇ ਵੀ ਸਰਕਾਰੀ ਜਿਹੜੇ ਕੰਮ ਕਰ ਰਹੇ ਆ ਕਿ ਉਹਨਾਂ ਨੂੰ ਇਹ ਜਿਹੜੀ ਲੀਵ ਆਉ ਦਿੱਤੀ ਜਾਏਗੀ ਤੇ ਇਹਦੇ ਵਿੱਚ ਜਿਹੜੀ ਕੁਆਰੰਟਾਈਨ ਲੀਵ ਹੈਗੀ ਆ ਕਦੋਂ ਮੈਡੀਕਲ ਲੀਵ ਟ੍ਰੀਟ ਕੀਤੀ ਜਾ ਤੇ ਇਸੇ ਕੀ ਜੋ ਅਫੀਸ਼ੀਅਲ ਇਨਫੋਰਮੇਸ਼ਨ ਆਇਓ ਹੋਟਲੀ ਯੂਸਫੁਲ ਰਹੀ ਹੋਏਗੀ ਇਸ ਵੀਡੀਓ ਨੂੰ ਲਾਈਕ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਸਬ ਤੱਕ ਇੰਪੋਰਟੈਂਟ ਇਨਫੋਰਮੇਸ਼ਨ ਪਹੁੰਚ ਸਕੇ ਨਾਲ ਹੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਓ ਜਿਸ ਨਾਲ ਤੁਹਾਨੂੰ ਆਉਣ ਵਾਲੀਆਂ ਸਾਰੀ ਲੇਟੈਸਟ ਵੀਡੀਓ ਦੀ ਅਪਡੇਟ ਟਾਈਮ ਸੇਟ ਤੇ ਸਭ ਤੋਂ ਪਹਿਲਾਂ ਮਿਲੇਗੀ ਤੁਸੀਂ ਫੇਸਬੁੱਕ ਤੇ ਟੈਲੀਗ੍ਰਾਮ ਤੇ ਵੀ ਫੋਲੋ ਕਰ ਸਕਦੇ ਹੋ ਉਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਮਿਲ ਜਾਏਗਾ ਥੈਂਕ ਯੂ